ਤੁਹਾਨੂੰ ਪਤਾ ਹੀ ਨਹੀਂ ਕਿ ਕਿਹੜਾ ਕਿਹੜਾ ਪੋਜ਼ਿਟਿਵ ਆ ਕਿਹੜਾ ਨਹੀਂ। ਸਾਰਿਆਂ ਨੂੰ ਸ਼ੱਕੀ 'ਚ ਰੱਖ ਕੇ ਤੁਸੀਂ ਕਹੀ ਜਾਂਦੇ ਹੋ ਤਾਂ ਸ਼ੱਕੀ ਨੇ ਤੁਹਾਡੇ ਕੋਲ ਕੀ ਗਰੰਟੀ ਆ ਵੀ ਜਿਹੜੇ 20 ਸ਼ੱਕੀ ਨੇ 20 ਦੇ 20 ਨੇ ਜਿਹੜੇ ਸਹੀ ਨਿਕਲਣਗੇ। ਔਰ ਰਾਤ ਨੂੰ 12 ਵਜੇ ਉਹਨਾਂ ਨੇ ਸਿਵਲ ਹੋਸਪਿਟਲ ਵਾਲਿਆਂ ਨੇ ਉਹਦੇ ਸਾਰੇ ਪਰਿਵਾਰ ਨੂੰ ਹੋਸਪਿਟਲ 'ਚੋਂ ਬਾਹਰ ਕੱਢਤਾ। ਹਾਲਾਂਕਿ ਭੇਜਣ ਵੇਲੇ ਸਾਨੂੰ ਹੌਸਲਾ ਸੀਗਾ ਵੀ ਇਹਨਾਂ ਨੇ ਆਉਣਾ ਨਹੀਂ, ਵੀ ਠੀਕ ਹੈ ਹੋਣਗੇ, ਪਰਮਾਤਮਾ ਮਿਹਰ ਕਰੂ, ਪਰ ਇਹਨਾਂ ਦਾ ਸਿਸਟਮ ਦੇਖ ਕੇ ਹੁਣ ਤਾਂ ਇਹ ਲੱਗਦਾ ਵੀ ਪਰਮਾਤਮਾ ਵੀ ਵਿਚਾਰਾ ਇੱਥੇ ਕੀ ਕਰੂਗਾ। ਅੱਧੀ ਰਾਤ ਨੂੰ ਤੁਸੀਂ 9 ਜਾਣਿਆਂ ਨੂੰ 8 ਜਾਣਿਆਂ ਨੂੰ ਪੂਰਾ ਪੂਰਾ ਜਵਾਕਾਂ ਨੂੰ ਉੱਥੇ ਬਾਹਰ ਕੱਢ ਕੇ ਕਹਿੰਦੇ ਹੋ ਜਾਓ ਆਪਦਾ, ਜਦਕਿ ਸਭ ਨੂੰ ਪਤਾ ਵੀ ਲੋਕਡਾਊਨ ਦਾ, ਕੋਈ ਟੈਕਸੀ ਨਹੀਂ ਮਿਲਣੀ, ਕੋਈ ਕੁਛ ਨਹੀਂ ਮਿਲਣੀ। ਐਂਬੂਲੈਂਸ ਵਾਲੇ ਕਹਿ ਰਹੇ ਨੇ ਸਾਡਾ ਫਰਜ਼ ਹੀ ਨਹੀਂ ਇਹ, ਪੁਲਿਸ ਵਾਲੇ ਕਹਿ ਰਹੇ ਨੇ ਆਪਦੀ ਗੱਡੀ ਲੈ ਕੇ ਆ ਜਾਓ। ਔਰ ਮੈਂ ਹੈਰਾਨ ਸੀ ਵੀ ਇੰਨੇ ਅਫਸਰ ਖੜ੍ਹੇ ਹੋਣ ਦੇ ਬਾਵਜੂਦ ਵੀ ਜਿਹੜੀ ਐਂਬੂਲੈਂਸ ਉਹ ਜੇ 2.5 ਘੰਟੇ ਲੇਟ ਆਉਂਦੀ ਆ ਤਾਂ ਆਮ ਬੰਦੇ ਦੇ ਨਾਲ ਕੀ ਹੁੰਦਾ ਹੋਊਗਾ। ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਾਜਗੜ੍ਹ ਤੋਂ ਸਰਪੰਚ ਹਰਤੇਕ ਸਿੰਘ। ਜਦ ਤੁਸੀਂ ਵੀ ਸੋਚਦੇ ਹੋਗੇ ਵੀ ਇੰਨੀ ਅੱਧੀ ਰਾਤ ਨੂੰ ਇਹਨੂੰ ਕੀ ਬਿਪਤਾ ਪੈ ਗਈ ਜਿਹੜਾ ਇਹ ਉੱਠ ਕੇ ਲਾਈਵ ਹੋਇਆ ਹੋਇਆ, ਪਰ ਇੱਕ ਬਹੁਤ ਜ਼ਰੂਰੀ ਗੱਲ ਸੀ ਜੋ ਆਪਣਾ ਸਾਂਝੀ ਕਰਨੀ ਸੀ, ਔਰ ਇੱਕ ਮਦਦ ਦੇ ਲਈ ਆਪ ਲੋਕਾਂ ਨੂੰ ਬੇਨਤੀ ਵੀ ਕਰਨੀ ਸੀ ਜੇ ਕੋਈ ਮੇਰਾ ਵੀ ਸੁਣੇ। ਔਰ ਜ਼ਰੂਰੀ ਗੱਲ ਇਹ ਆ, ਕੁਛ ਚੰਗੀ ਵੀ ਆ ਅਤੇ ਕੁਛ ਮਾੜੀ ਵੀ ਆ। ਚੰਗੀ ਗੱਲ ਇਹ ਆ ਵੀ ਤੁਹਾਨੂੰ ਜਿੱਦਾਂ ਸਭ ਨੂੰ ਪਤਾ ਕਿ ਸਾਡੇ ਪਿੰਡ ਦੇ ਵਿੱਚ ਇੱਕ ਕਰੋਨਾ ਦਾ ਪੇਸ਼ੈਂਟ ਪਾਇਆ ਗਿਆ ਸੀ ਲਿਆਕਤ ਅਲੀ, ਜੋ ਕਿ ਦਿੱਲੀ ਵਗੈਰਾ ਤੋਂ ਆਇਆ ਸੀ, ਅਤੇ ਉਹਦੀ ਜੋ ਲਿਆਕਤ ਅਲੀ ਸੀਗਾ ਉਹਦਾ ਟੈਸਟ ਦੇ ਲਈ ਉਹਨੂੰ ਸਿਵਲ ਭੇਜਿਆ ਗਿਆ ਸੀ, ਔਰ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਲਾ ਲਓ ਤੁਸੀਂ ਵੀ ਉਹਦਾ ਜਿਹੜਾ ਟੈਸਟ ਆ ਉਹ ਪੋਜ਼ਿਟਿਵ ਆ ਗਿਆ ਸੀ ਕਰੋਨਾ ਦਾ। ਉਹ ਤੋਂ ਬਾਅਦ ਉਹਦੇ ਸਾਰੇ ਪਰਿਵਾਰ ਨੂੰ ਸੈਂਪਲਿੰਗ ਦੇ ਲਈ ਲੁਧਿਆਣੇ ਲੈ ਗਏ ਜੀ, ਜਿਹਦੇ ਵਿੱਚ ਉਹਦਾ 6 ਮਹੀਨੇ ਦਾ ਬੱਚਾ, 2 ਸਾਲ ਦਾ ਬੱਚਾ, 2 ਭੈਣਾਂ, ਪਿਤਾ ਉਹਦਾ, ਮਦਰ ਉਹਦੀ, ਵਾਈਫ ਉਹਦੀ, ਔਰ ਜਦੋਂ ਦੇ ਉਹਨਾਂ ਨੂੰ ਲੈ ਕੇ ਗਏ ਨੇ ਮੈਨੂੰ ਉਦੋਂ ਤੋਂ ਉਹਨਾਂ ਦੇ ਲਗਾਤਾਰ ਕਾਲ ਆ ਰਹੇ ਸੀ। ਪਹਿਲੀ ਤਾਂ ਗੱਲ ਮੈਂ ਤੁਹਾਨੂੰ ਇੱਥੇ ਦੱਸਣੀ ਚਾਹੁੰਦਾ ਵੀ ਜੋ ਆਪਣੇ ਇੱਥੇ ਸਿਸਟਮ ਹੈ ਰੱਬ ਆਸਰਿਆ, ਤੁਹਾਨੂੰ ਮੈਂ ਦੱਸਾਂ ਮੇਰਾ ਵੀਰ ਜੇ ਬਚ ਹੁੰਦਾ ਤਾਂ ਤੂੰ ਬਚ ਜਾਓ, ਨਹੀਂ ਇੱਥੇ ਕੋਈ ਹਾਲਾਤ ਨਹੀਂ, ਕਿਉਂਕਿ ਮੈਂ ਖੁਦ ਅੱਖੀਂ ਦੇਖਿਆ ਸਾਰੀ ਅਫਸਰਸ਼ਾਹੀ ਆਈ ਖੜ੍ਹੀ ਸੀ, SSP ਰੈਂਕ ਦੇ ਅਫਸਰ ਖੜ੍ਹੇ ਸੀ, SDM ਆਪ ਖੜ੍ਹਾ ਸੀ, DSP ਖੜ੍ਹਾ ਸੀ, SHO ਖੜ੍ਹਾ ਸੀ, ਔਰ ਤੁਸੀਂ ਮੰਨੋਗੇ ਇੰਨੇ ਅਫਸਰ ਮੌਕੇ 'ਤੇ ਖੜ੍ਹੇ ਹੋਣ ਦੇ ਬਾਵਜੂਦ ਉਸ ਦਿਨ ਜੋ ਗੱਡੀ ਆਈ ਐਂਬੂਲੈਂਸ ਉਹ 2.5 ਘੰਟੇ ਦੀ ਦੇਰੀ ਨਾਲ ਪਹੁੰਚੀ। ਔਰ ਮੈਂ ਹੈਰਾਨ ਸੀ ਵੀ ਇੰਨੇ ਅਫਸਰ ਖੜ੍ਹੇ ਹੋਣ ਦੇ ਬਾਵਜੂਦ ਵੀ ਜਿਹੜੀ ਐਂਬੂਲੈਂਸ ਉਹ ਜੇ 2.5 ਘੰਟੇ ਲੇਟ ਆਉਂਦੀ ਆ ਤਾਂ ਆਮ ਬੰਦੇ ਦੇ ਨਾਲ ਕੀ ਹੁੰਦਾ ਹੋਊਗਾ। ਚਲੋ ਖੈਰ ਉਹ ਛੱਡੋ, ਉਹਨਾਂ ਨੂੰ ਲੈ ਗਏ ਜੀ। ਉਹ ਤੋਂ ਬਾਅਦ ਮੈਨੂੰ ਉੱਥੋਂ ਲਗਾਤਾਰ ਉਹਨਾਂ ਦੇ ਫੋਨ ਆ ਰਹੇ ਸੀ ਕਿ ਸਾਨੂੰ ਜੀ ਜਿਹੜਾ ਬੱਚਿਆਂ ਨੂੰ ਨਾ ਤਾਂ ਦੁੱਧ ਦਿੱਤਾ ਜਾ ਰਿਹਾ ਨਾ ਸਾਨੂੰ ਪ੍ਰੋਪਰ ਰੋਟੀ ਮਿਲ ਰਹੀ ਆ। ਚਲੋ ਅਸੀਂ ਉਹਦੇ ਲਈ ਵੀ ਨਹੀਂ ਕੋਈ ਗੱਲ ਕਹੀ, ਅਸੀਂ ਕਿਹਾ ਵੀ ਹੁਣ ਹਾਲਾਤ ਇੱਦਾਂ ਦੇ ਨੇ ਭਾਈ ਤੁਸੀਂ ਕੱਟੋ ਕੋਈ ਨਾ। ਔਰ ਅੱਜ ਖੁਸ਼ਖਬਰੀ ਦੀ ਗੱਲ ਇਹ ਆ ਵੀ ਉਹਨਾਂ ਦੇ ਪਰਿਵਾਰ ਦੇ ਜੋ ਸੈਂਪਲ ਹੋਏ ਸੀਗੇ ਉਹ ਸਾਰੇ ਨੈਗੇਟਿਵ ਆ ਗਏ ਨੇ ਸੈਂਪਲ, ਜੋ ਕਿ ਸਾਡੇ ਪਿੰਡ ਦੇ ਲਈ ਵੀ ਵੱਡੀ ਖੁਸ਼ਖਬਰੀ ਦੀ ਗੱਲ ਆ, ਸਾਰੇ ਸਮਾਜ ਲਈ ਵੱਡੀ ਖੁਸ਼ਖਬਰੀ ਦੀ ਗੱਲ ਆ ਵੀ ਇਹ ਬਿਮਾਰੀ ਆ ਜਿਹੜੀ ਵਧਣ ਤੋਂ ਰੁਕ ਗਈ। ਪਰ ਇੱਕ ਸ਼ਰਮਨਾਕ ਵੱਡੀ ਗੱਲ ਜੋ ਦੇਖਣ 'ਚ ਆਈ ਅੱਜ ਲੁਧਿਆਣਾ, ਹੁਣ ਮੈਨੂੰ ਉਹਨਾਂ ਦੀ ਕਾਲ ਆਈ ਉਹਦੀ ਫੈਮਿਲੀ ਦੀ, ਲਿਆਕਤ ਅਲੀ ਤਾਂ ਉਹਨਾਂ ਨੇ ਕੁਆਰੰਟਾਈਨ ਕੀਤਾ ਹੋਇਆ ਉਹਨੂੰ ਹਲੇ 14 ਦਿਨ ਲਈ ਰੱਖਣਾ ਜਿਹਦਾ ਪੋਜ਼ਿਟਿਵ ਆਇਆ। ਔਰ ਰਾਤ ਨੂੰ 12 ਵਜੇ ਉਹਨਾਂ ਨੇ ਸਿਵਲ ਹੋਸਪਿਟਲ ਵਾਲਿਆਂ ਨੇ ਉਹਦੇ ਸਾਰੇ ਪਰਿਵਾਰ ਨੂੰ ਘਰ ਹੋਸਪਿਟਲ 'ਚੋਂ ਬਾਹਰ ਕੱਢਤਾ ਔਰ ਉਹਨਾਂ ਨੂੰ ਕਹਿੰਦੇ ਤੁਸੀਂ ਘਰੇ ਜਾਓ, ਜਿਹਦੇ ਵਿੱਚ ਇੱਕ ਉਹਦਾ
ਵਾਈਫ ਆ, ਮਦਰ ਆ, ਉਹਦੀ ਬਜ਼ੁਰਗ ਫਾਦਰ ਨੇ, ਉਹਦੇ ਬਜ਼ੁਰਗ ਦੋ ਭੈਣਾਂ ਨੇ, ਯੰਗ ਨੇ ਜਿਹੜੀਆਂ ਉਹਦੀਆਂ ਨੌਜਵਾਨ ਬੇਟੀਆਂ ਨੇ, ਔਰ ਇੱਕ ਬੱਚਾ 6 ਮਹੀਨੇ ਦਾ, ਇੱਕ ਮੇਬੀ 2 ਸਾਲ ਦਾ। ਔਰ ਉਹਨਾਂ ਨੂੰ ਰਾਤ ਨੂੰ ਹੌਸਪਿਟਲ 'ਚੋਂ ਬਾਹਰ ਕੱਢਤਾ, ਨਾ ਕੋਈ ਉਹਨਾਂ ਨੂੰ ਸਾਧਨ ਦਾ ਹੱਲ ਕਰਕੇ ਦਿੱਤਾ ਗਿਆ। ਲੋਕਡਾਊਨ ਜਿਵੇਂ ਚੱਲ ਰਿਹਾ, ਬਾਹਰੋਂ ਕੋਈ ਪ੍ਰਾਈਵੇਟ ਸਾਧਨ ਵੀ ਅਰੇਂਜ ਨਹੀਂ ਹੋ ਰਿਹਾ। ਔਰ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ, ਉਹ ਕਹਿੰਦੇ ਜੀ ਅਸੀਂ ਤਾਂ ਸਿਰਫ ਲਿਜਾ ਸਕਦੇ ਹਾਂ, ਸਾਡੀ ਡਿਊਟੀ ਹੈ ਜਿਹੜੀ ਉਹ ਪੇਸ਼ੈਂਟ ਨੂੰ ਲਿਜਾਣ ਤੇ ਛੱਡਣ ਦੀ, ਸਾਡੀ ਕੋਈ ਡਿਊਟੀ ਨਹੀਂ। ਉੱਥੇ ਲੋਕਲ ਇੱਕ ਸੰਵੇਦਨ ਐਂਬੂਲੈਂਸ ਵਾਲੇ ਨੇ, ਚਲੋ ਉਹ ਵੀ ਵਿਚਾਰੇ ਨਹੀਂ ਕੁਛ ਕਰ ਸਕਦੇ, ਉਹ ਪ੍ਰਾਈਵੇਟ ਨੇ, ਚੌਂਕੀ ਦੇ ਵਿੱਚ ਗੱਲ ਕਰਾਉਣ ਨੂੰ ਕਿਹਾ, ਉੱਥੇ ਗੱਲ ਕੀਤੀ ਤਾਂ ਉਹ ਸਰਦਾਰ ਬਹਾਦਰ ਜਿਹੜੇ ਚੌਂਕੀ 'ਚ ਸੀਗੇ, ਉਹ ਮੂਹਰਿਓ ਕਹਿੰਦੇ ਤੁਸੀਂ ਆਪਣੀ ਗੱਡੀ ਭੇਜ ਦਿਓ, ਅਸੀਂ ਕੁਛ ਨਹੀਂ ਕਰ ਸਕਦੇ। ਮੈਨੂੰ ਇਹ ਨਹੀਂ ਸਮਝ ਆਉਂਦੀ, ਇੱਕ ਪਾਸੇ ਤਾਂ ਪ੍ਰਸ਼ਾਸਨ ਨੇ ਇੰਨਾ ਰੌਲਾ ਪਾਇਆ, ਪ੍ਰੋਟੋਕਾਲ ਫੋਲੋ ਕਰੋ, ਯੇ ਕਰੋ, ਵੋ ਕਰੋ, ਜਿਹੜਾ ਸ਼ੱਕੀ ਆ ਉਹ 14 ਦਿਨ ਦੇ ਵਿੱਚ ਦੀ ਦੁਬਾਰੇ ਵੀ ਆ ਸਕਦਾ, ਔਰ ਉਹਨੂੰ ਛੱਡਣ ਦੇ ਲਈ ਕਹਿ ਰਹੇ ਨੇ। ਇੱਕ ਪਾਸੇ ਤਾਂ ਦੁਨੀਆ ਨੂੰ ਕਹਿੰਦੇ ਇਹਨਾਂ ਤੋਂ ਦੂਰ ਰਹੋ, ਕਿਸੇ ਨੇ ਇਹਨਾਂ ਦੇ ਟੱਚ 'ਚ ਨਹੀਂ ਆਉਣਾ, ਜਿਹੜਾ ਕੋਈ ਟੱਚ 'ਚ ਆਇਆ ਉਹਨੂੰ ਕੁਆਰੰਟਾਈਨ ਕਰਤਾ, ਔਰ ਇੱਕ ਪਾਸੇ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਇਹਨਾਂ ਨੂੰ ਜੀ ਪ੍ਰਾਈਵੇਟ ਗੱਡੀ 'ਚ ਚਲੇ ਜਾਓ। ਉਰੋਂ ਪ੍ਰਾਈਵੇਟ ਗੱਡੀ ਵਾਲੇ ਨੂੰ ਕੀ ਪਤਾ ਵਿਚਾਰੇ ਨੂੰ, ਜਾਂ ਜੇ ਅਸੀਂ ਉਰੋਂ ਗੱਡੀ ਭੇਜਦੇ ਹਾਂ, ਸਾਡੀ ਗੱਡੀ ਨੂੰ ਸਾਡੀ ਚਲੋ ਜਾਣ 'ਚ ਨਹੀਂ ਕੋਈ ਗੱਲ, ਪਰ ਜਿਵੇਂ ਆਪ ਇਹ ਰੋਕ ਰਹੇ ਨੇ, ਸਾਨੂੰ ਜਾਣ ਕੌਣ ਦਊਗਾ, ਇਹਨਾਂ ਦਾ ਫਰਜ਼ ਨਹੀਂ ਬਣਦਾ ਕੋਈ, ਐਡੀ ਵੱਡੀ ਬਿਮਾਰੀ ਚੱਲ ਰਹੀ ਆ। ਮੈਂ ਤਾਂ ਹੈਰਾਨ ਰਹਿ ਗਿਆ ਇਹਨਾਂ ਦੇ ਜਿਹੜੇ ਇਹਨਾਂ ਦੇ ਕਰਨ ਦੇ ਤਰੀਕੇ ਨੇ, ਮੈਨੂੰ ਨਹੀਂ ਲੱਗਦਾ ਵੀ ਜਿੰਨੇ ਕੁ ਮਰੀਜ਼ ਆਪਣੇ ਪੰਜਾਬ 'ਚ ਹੋ ਗਏ ਇਹ ਉਨੇ ਕੁ ਨੂੰ ਵੀ ਸੈੱਟ ਕਰ ਲੈਣਗੇ, ਜਿਹੜੇ ਹਾਲਾਤ ਚੱਲਦੇ ਆ ਪ੍ਰਸ਼ਾਸਨ ਦੇ। ਅੱਧੀ ਰਾਤ ਨੂੰ ਤੁਸੀਂ 9 ਜਾਣਿਆਂ ਨੂੰ, 8 ਜਾਣਿਆਂ ਨੂੰ, ਪੂਰਾ ਪੂਰਾ ਜਵਾਕਾਂ ਨੂੰ ਉੱਥੇ ਬਾਹਰ ਕੱਢ ਕੇ ਕਹਿੰਦੇ ਹੋ ਜਾਓ ਆਪਦਾ, ਜਦਕਿ ਸਭ ਨੂੰ ਪਤਾ ਵੀ ਲੋਕਡਾਊਨ ਦਾ, ਕੋਈ ਟੈਕਸੀ ਨਹੀਂ ਮਿਲਣੀ, ਕੋਈ ਕੁਛ ਨਹੀਂ ਮਿਲਣੀ। ਐਂਬੂਲੈਂਸ ਵਾਲੇ ਕਹਿ ਰਹੇ ਨੇ ਸਾਡਾ ਫਰਜ਼ ਏ ਨਹੀਂ ਇਹ, ਪੁਲਿਸ ਵਾਲੇ ਕਹਿ ਰਹੇ ਨੇ ਆਪਦੀ ਗੱਡੀ ਲੈ ਕੇ ਆ ਜਾਓ। ਹਾਲਾਂਕਿ ਭੇਜਣ ਵੇਲੇ ਸਾਨੂੰ ਹੌਸਲਾ ਸੀਗਾ ਵੀ ਇਹਨਾਂ ਨੇ ਆਉਣਾ ਨਹੀਂ, ਵੀ ਠੀਕ ਏ ਹੋਣਗੇ, ਪ੍ਰਮਾਤਮਾ ਮਿਹਰ ਕਰੂ, ਪਰ ਇਹਨਾਂ ਦਾ ਸਿਸਟਮ ਦੇਖ ਕੇ ਹੁਣ ਤਾਂ ਇਹ ਲੱਗਦਾ ਹੀ ਪ੍ਰਮਾਤਮਾ ਵੀ ਵਿਚਾਰਾ ਇੱਥੇ ਕੀ ਕਰੂਗਾ, ਜਦੋਂ ਤੁਸੀਂ, ਤੁਹਾਨੂੰ ਪਤਾ ਹੀ ਨਹੀਂ ਕਿ ਕਿਹੜਾ ਕਿਹੜਾ ਪੋਜ਼ਿਟਿਵ ਆ ਕਿਹੜਾ ਨਹੀਂ, ਸਾਰਿਆਂ ਨੂੰ ਸ਼ੱਕੀ 'ਚ ਰੱਖ ਕੇ ਤੁਸੀਂ ਕਹੀ ਜਾਂਦੇ ਹੋ ਤਾਂ ਸ਼ੱਕੀ ਨੇ ਸ਼ੱਕੀ ਨੇ, ਤੁਹਾਡੇ ਕੋਲ ਕੀ ਗਰੰਟੀ ਆ ਵੀ ਜਿਹੜੇ 20 ਸ਼ੱਕੀ ਨੇ, 20 ਦੇ 20 ਨੇ ਜਿਹੜੇ ਸਹੀ ਨਿਕਲਣਗੇ, ਜੇ ਇੱਕ ਵੀ ਪੋਜ਼ਿਟਿਵ ਆ ਗਿਆ ਤੁਸੀਂ 19 ਨੂੰ ਵੀ ਨਾਲ ਇਨਫੈਕਟਡ ਕਰਕੇ ਘਰਾਂ ਨੂੰ ਤੋਰ ਦੋਗੇ, ਔਰ ਤੁਹਾਡਾ ਕੋਈ ਛੱਡ ਕੇ ਜਾਣ ਦਾ ਪ੍ਰੋਸੀਜਰ ਨਹੀਂ, ਉਹ ਤੁਹਾਡੇ ਕਰੋਨਾ ਦੇ ਆਈਸੋਲੇਸ਼ਨ ਵਾਰਡ ਦੇ ਵਿੱਚੋਂ ਪੇਸ਼ੈਂਟ ਆ ਰਹੇ ਨੇ, ਤੁਸੀਂ ਉਹਨਾਂ ਨੂੰ ਸੜਕ 'ਤੇ ਕੱਢ ਕੇ ਖੜਾਤਾ ਵੀ ਜਾਓ ਘਰਾਂ ਨੂੰ, ਤੁਹਾਡਾ ਫਰਜ਼ ਬਣਦਾ ਪ੍ਰੋਪਰ ਵੇ ਨਾਲ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲਿਆਉਂਦੇ, ਸੈਨੇਟਾਈਜ਼ ਕਰਕੇ ਉਹਨਾਂ ਨੂੰ ਪਿੰਡ ਦੇ ਵਿੱਚ ਵਾੜਦੇ, ਆਪਦੀ ਐਂਬੂਲੈਂਸ ਨੂੰ ਸੈਨੇਟਾਈਜ਼ ਕਰਕੇ ਲੈ ਕੇ ਜਾਂਦੇ, ਜਮੇ ਜਮੇ ਹੀ ਕਮਾਲ ਕਰਕੇ ਰੱਖਤੀ। ਰਾਤ ਨੂੰ 12 ਵਜੇ ਤੁਸੀਂ ਉਹਨਾਂ ਨੂੰ ਬਾਹਰ ਕੱਢਤਾ, ਕਹਿ ਰਹੇ ਹੋ ਵੀ ਜਾਓ ਘਰਾਂ ਨੂੰ ਆਪਦਾ ਜਿਵੇਂ ਮਰਜ਼ੀ ਜਾਓ, ਕੋਈ ਐਂਬੂਲੈਂਸ ਵਾਲਾ ਨਹੀਂ ਮੰਨਦਾ, ਉਹ ਕਹਿ ਰਿਹਾ ਸਾਡਾ ਫਰਜ਼ ਨਹੀਂ ਬਣਦਾ, ਸਾਡੀ ਡਿਊਟੀ ਲੈ ਕੇ ਜਾਣ ਦੀ ਆ, ਛੱਡਣ ਦੀ ਕੋਈ ਨਹੀਂ, ਜਿਵੇਂ ਮਰਜ਼ੀ ਜਾਓ। ਇਹ ਤਾਂ ਛੋਟੇ ਵੀਰ ਮੇਰੀ ਬੇਨਤੀ ਹੈ ਵੀ ਤੁਸੀਂ ਲੋਕ ਆਪ ਇਹ ਸਮਝ ਜਾਓ, ਜੇ ਨਾ ਆਪਣੇ 2% ਆਬਾਦੀ ਨੂੰ ਵੀ ਕਿਤੇ ਰੱਬ ਨਾ ਕਰੇ ਇਹ ਬਿਮਾਰੀ ਲੱਗ ਗਈ ਨਾ, 2% ਨੂੰ ਵੀ, ਔਰ ਇਹ ਜ਼ੋਰ ਲਾ ਲੈਣ ਜੇ 2% ਨੂੰ ਵੀ ਇਹ ਠੀਕ ਕਰ, ਜਿੱਦਾਂ ਦਾ ਇਹਨਾਂ ਕੋਲ ਸਿਸਟਮ ਆ, ਜਿੱਦਾਂ ਦਾ ਇਹਨਾਂ ਦੇ ਸਾਰੇ ਕੰਮ ਕਰਨ ਦੇ ਤਰੀਕੇ ਨੇ, 2.5 2.5 ਘੰਟੇ ਇਹਨਾਂ ਦੀ ਐਂਬੂਲੈਂਸ ਨਹੀਂ ਆਉਂਦੀਆਂ, 2.5 2.5 ਘੰਟੇ ਐਂਬੂਲੈਂਸ ਨਹੀਂ ਆਉਂਦੀਆਂ, ਜਦਕਿ ਟੋਟਲ ਗੈਜਟਿਡ ਆਫੀਸਰ ਮੌਕੇ ਤੇ ਖੜੇ ਹੁੰਦੇ ਨੇ ਸਾਰੇ, ਔਰ ਜੋ ਪ੍ਰਸ਼ਾਸਨ ਆ ਸਾਰਾ ਤਹਿਸੀਲ ਦਾ, ਡਿਸਟ੍ਰਿਕਟ ਦਾ, ਉਹ ਉੱਥੇ ਖੜਾ ਹੁੰਦਾ, ਉਹ ਵੀ ਖੜ ਖੜ ਕੇ ਵੇਟ ਕਰਕੇ ਚਲੇ ਜਾਂਦੇ ਨੇ। ਆਮ ਆਮ ਬੰਦੇ ਨੂੰ ਇਹ ਕੀ ਕਰ ਲੈਂਦੇ ਹੋਣਗੇ ਜਦੋਂ ਇੱਕ ਐਡੇ ਅਫਸਰਾਂ ਦੇ ਖੜਿਆਂ ਦੇ ਉੱਤੇ, ਔਰ ਜਿਹੜੇ ਸਪੈਸ਼ਲ ਕੇਸ ਨੇ ਕਰੋਨਾ ਦਾ, ਅੱਜ ਦੀ ਘੜੀ ਸਭ ਤੋਂ ਹਾਈਲਾਈਟ ਮੈਟਰ ਆ ਇਹਦੇ ਲਈ ਸਖਤ ਇੰਸਟਰਕਸ਼ਨਸ ਨੇ ਵੀ ਤੁਸੀਂ ਇਹਦੇ ਵਿੱਚ ਦੇਰੀ ਨਹੀਂ ਕਰਨੀ ਭੋਰਾ ਵੀ।
ਕੁਛ ਕੁਛ ਨਹੀਂ, ਹਾਲ ਹੀ ਲੈ ਗਏ ਇਹਨਾਂ ਦੇ, ਮੈਂ ਤਾਂ ਹੈਰਾਨ ਰਹਿ ਗਿਆ ਅੱਜ। ਚਲ ਤੁਸੀਂ ਕਮ ਸੇ ਕਮ ਤੁਸੀਂ ਐਂਬੂਲੈਂਸ ਨਹੀਂ ਦੇਣੀ, ਤੁਸੀਂ ਕੁਛ ਨਹੀਂ ਦੇਣਾ ਉਹਨੂੰ, ਤੁਸੀਂ ਨਹੀਂ ਕੁਛ ਕਰ ਸਕਦੇ। ਤੁਸੀਂ ਕਿਸੇ ਨੂੰ ਇਤਲਾਹ ਤਾਂ ਦੇ ਦਿਓ ਵੀ ਭਾਈ ਆਪਦੇ ਬੰਦੇ ਨੇ ਲੈ ਜਾਓ ਇਹਨਾਂ ਨੂੰ, ਤੁਸੀਂ ਕੱਢ ਕੇ ਉਹਨਾਂ ਨੂੰ ਸੜਕ 'ਤੇ ਖੜਾਤਾ। ਅੱਛਾ ਭਾਈ, ਇਹੀ ਬੇਨਤੀ ਆ ਵੀ ਇਹਨੂੰ ਥੋੜ੍ਹਾ ਜਿਹਾ ਵੀਡੀਓ ਨੂੰ ਨਾ ਥੋੜ੍ਹਾ ਸ਼ੇਅਰ ਕਰ ਦਿਓ ਜਿੰਨੀ ਹੋ ਸਕਦੀ ਆ, ਕਿਉਂਕਿ ਜੇ ਕਿਸੇ ਦੇ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚ ਜਾਵੇ ਇਹ, ਤਾਂ ਸ਼ਾਇਦ ਠੀਕ ਠੂਕ ਤਾਂ ਚਲੋ ਇਹਨਾਂ ਨੇ ਕਰਨੀ ਨਹੀਂ, ਉਹ ਤਾਂ ਦਿੰਦੇ ਹੀ ਆ, ਠੀਕ ਤਾਂ ਰੱਬ ਆਸ ਰਿਹਾ ਜੇ ਕੋਈ ਹੋ ਗਿਆ, ਜੋ ਇਹਨਾਂ ਦੇ ਹਾਲਾਤ ਨੇ ਠੀਕ ਤਾਂ ਕਰੇ ਨਹੀਂ ਸਕਦੇ। ਇਹ ਆ ਵੀ ਕੋਈ ਹੋਰ ਇਹਨਾਂ ਦੀਆਂ ਹਰਕਤਾਂ ਕਰਕੇ ਕੋਈ ਹੋਰ ਬਚ ਜਾਵੇ, ਜੇ ਲੱਗਣੋਂ ਬਿਮਾਰੀ ਲੱਗਣੋਂ ਜੇ ਬਚ ਜਾਵੇ, ਜੋ ਪ੍ਰਸ਼ਾਸਨ ਦਾ ਸਿਸਟਮ ਹੈ ਕੰਮ ਕਰਨ ਦਾ, ਇਹ ਘਟਾਉਣ ਦੀ ਬਜਾਏ ਇਹ ਤਾਂ ਵਧਾ ਰਹੇ ਨੇ ਉਹਨੂੰ। ਜਿੰਨਾ ਕੁ ਮੈਂ ਵਾਚ ਕੀਤਾ, ਜਿੰਨਾ ਕੁ ਇਹਨਾਂ ਦਾ ਨਾਲ ਰਹਿ ਕੇ, ਚਲੋ ਸਾਡੇ ਪਿੰਡ 'ਤੇ ਲਾ ਲਓ ਕਰੋਪੀ ਪਈ ਕੋਈ, ਔਰ ਚਲੋ ਰੱਬ ਨੇ ਸਾਡੀ ਰੱਖ ਵੀ ਲਈ ਵੀ ਸਾਡੇ ਸਿਰਫ ਇੱਕ ਪੇਸ਼ੈਂਟ ਆ। ਔਰ ਸੱਚੀ ਗੱਲ ਸਾਹਿਬ, ਮੈਨੂੰ ਅੱਜ ਦੀ ਘੜੀ ਇਹ ਵੀ ਨਹੀਂ ਯਕੀਨ ਹੈਗਾ ਵੀ ਸ਼ਾਇਦ ਉਹ ਵੀ ਜਿਹੜਾ ਪੇਸ਼ੈਂਟ ਆ, ਮੈਨੂੰ ਨਹੀਂ ਲੱਗਦਾ ਉਹ ਕਰੋਨਾ ਪੋਜ਼ਿਟਿਵ ਹੋਵੇ। ਜੇ ਕਿਤੇ ਉਹਦਾ ਕ੍ਰੋਸ ਟੈਸਟ ਕਰਾਇਆ ਜਾਵੇ ਕੋਈ ਨਾ, ਕ੍ਰੋਸ ਟੈਸਟ ਕਿਤੇ ਪ੍ਰਾਈਵੇਟ ਹਸਪੀਟਲ 'ਚੋਂ ਜਾਂ ਕਿਤੇ ਚੰਗੇ 'ਚੋਂ, ਤਾਂ ਮੈਨੂੰ ਲੱਗਦਾ ਉਹਦੇ ਵਿੱਚ ਵੀ ਇਹਨਾਂ ਦੀ ਰਿਪੋਰਟ ਦੇ ਵਿੱਚ ਵੀ ਡਿਫਰੈਂਸ ਆ ਜਾਊਗਾ, ਜਾਇਜ਼ ਇਹਨਾਂ ਦੇ ਹਾਲਾਤ ਨੇ। ਸਾਡੇ ਪਿੰਡ ਦਾ ਪੇਸ਼ੈਂਟ ਗਿਆ, ਉਹਦਾ ਨਾਮ ਲਿਆਕਤ ਅਲੀ, ਨਾਲ ਉਹਦੇ ਐਡਰੈਸ 'ਚ ਜਿਹੜੀ ਲਿਸਟ ਬਣਾਈ ਉਹ 'ਚ ਪਾਇਆ ਪਿਆ ਰਾਜਗੜ੍ਹ ਰੈਕੋਟ ਦਰਾਹਾ। ਦੱਸੋ ਕਿੱਡਾ ਕੁ ਬੜਾ, ਤੁਸੀਂ ਲੱਖਾਂ ਲੋਕਾਂ ਦੀ ਲਿਸਟ ਬਣਾ ਰਹੇ ਹੋ, ਪੂਰੇ ਇੰਡੀਆ 'ਚੋਂ 5-7 ਹਜ਼ਾਰ ਬੰਦੇ ਦੀ ਹਲੇ ਲਿਸਟ ਬਣੀ ਹੋਣੀ ਆ, ਉਹ ਵੀ ਤੁਹਾਡੇ ਤੋਂ ਸਹੀ ਢੰਗ ਨਾਲ ਨਹੀਂ ਬਣਦੀ, ਬਹੁਤ ਔਖਾ ਇੱਕਣ ਤਾਂ ਫਿਰ। ਪਿੰਡ ਤੁਸੀਂ ਬੰਨ ਕੇ ਬਿਠਾਏ ਪਏ ਨੇ, ਪਿੰਡਾਂ ਦੇ ਪਿੰਡ, ਆਪ ਤੁਸੀਂ ਕੋਈ ਸਿਸਟਮ ਨਹੀਂ ਤੁਹਾਡੇ ਕੋਲੇ, ਸਾਰਾ ਕੁਝ ਲੋਕਾਂ ਨੂੰ ਕਰਨਾ ਆਉਂਦਾ ਬਸ, ਕਿਸੇ 'ਤੇ ਇਹ ਚੀਜ਼ਾਂ ਥੋਪੀਆਂ ਨਹੀਂ ਜਾਂਦੀਆਂ ਹੁੰਦੀਆਂ, ਨਾ ਮੈਂ ਥੋਪ ਸਕਦਾ ਨਾ ਕੋਈ ਹੋਰ ਥੋਪ ਸਕਦਾ, ਨਾ ਨਾ ਇੱਦਾਂ ਕਰਨ ਵਾਲੇ ਚੀਜ਼ਾਂ ਠੀਕ ਹੁੰਦੀਆਂ ਹੁੰਦੀਆਂ ਨੇ।